नमस्कार दोस्तों, साढ़े शहर की सब तो वड्डी ते सब तो ताज़ा खबर। सब तो टॉप ते चल रहे इवान एजुकेशन सर्विसेज विच होई चोरी, आओ इस घटना बारे पुछते हाँ इतों के MD नू। फिलहाल नुकसान तो काफ़ी हो गया है, पर प्रभु इस नू संभालेगा और जो कुछ ही समान साडा चोरी हुआ है और असी संतंत ने अगे दुआ करांगे कि वह जल्दी तो जल्दी लभ जाए और जिन्हां भी चोरों ने जाने आने जाने दे विच काम किया है असी उन्हां लई प्रार्थना करांगे कि प्रभु उन्हां नू माफ़ करे। ਤੁਸੀਂ ਦੇਖ ਸਕਦੇ ਹੋ ਕਿ ਇਵਾਨ ਐਜੂਕੇਸ਼ਨ ਸਰਵਿਸਿਜ਼ ਦੇ MD ਕਿੰਨੀ ਪਰੇਸ਼ਾਨੀ ਵਿੱਚ ਹਨ, ਪਰ ਫਿਰ ਵੀ ਉਹਨਾਂ ਨੇ ਕਿੰਨੀ ਪੋਜ਼ਿਟਿਵਿਟੀ ਦਿਖਾਈ ਹੈ। ਆਓ ਹੁਣ ਅਸੀਂ ਇਸ ਘਟਨਾ ਬਾਰੇ ਸਵਾਲ ਜਵਾਬ ਕਰਦੇ ਹਾਂ ਇੱਥੇ ਹਾਜ਼ਰ ਪੁਲਿਸ ਇੰਸਪੈਕਟਰ ਨੂੰ। ਹਾਂਜੀ ਸਰ, ਤੁਸੀਂ ਕੀ ਦੱਸਣਾ ਚਾਹੋਗੇ ਕਿ ਇਸ ਘਟਨਾ ਵਿੱਚ ਕੀ ਨੁਕਸਾਨ ਹੋਇਆ ਹੈ? ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀ ਸਵੇਰੇ 3-4 ਵਜੇ ਦੇ ਕਰੀਬ ਹੋਈ ਹੈ। ਸਾਡੀ ਇਨਵੈਸਟੀਗੇਸ਼ਨ ਟੀਮ ਦੇ ਮੁਤਾਬਿਕ 2 ਲੈਪਟਾਪ, 3-4 ਲੱਖ ਰੁਪਈਆ ਅਤੇ 10 ਪਾਸਪੋਰਟ ਚੋਰੀ ਹੋਏ ਨੇ। ਤੇ ਜਿਹੜੇ ਪਾਸਪੋਰਟ ਚੋਰੀ ਹੋਏ ਹਨ, ਕੀ ਉਹਨਾਂ ਤੇ ਵੀਜ਼ਾ ਸਟੈਂਪ ਵੀ ਲੱਗੀ ਸੀ? ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵਿੱਚੋਂ 2 ਪਾਸਪੋਰਟਾਂ ਤੇ ਵੀਜ਼ਾ ਲੱਗਿਆ ਹੋਇਆ ਸੀ। ਜਿਵੇਂ ਕਿ ਦੋਸਤੋ ਅਸੀਂ ਦੇਖ ਸਕਦੇ ਹਾਂ ਕਿ 2 ਪਾਸਪੋਰਟ ਜਿਨ੍ਹਾਂ ਤੇ ਵੀਜ਼ਾ ਸਟੈਂਪ ਵੀ ਲੱਗੀ ਹੋਈ ਸੀ ਚੋਰੀ ਹੋ ਗਏ ਹਨ। ਆਓ ਇਸ ਘਟਨਾ ਬਾਰੇ ਅਗਲੀ ਵੀਡੀਓ ਵਿੱਚ ਦੇਖਦੇ ਹਾਂ। ਸਲਾਮ ਵੀਰੇ। ਸਲਾਮ ਦੀਦੀ। ਆਹ ਜਿਹੜੀ ਖਬਰ ਮੈਂ ਸੁਣਦੀ ਹਾਂ ਸੱਚ ਆ? ਹਾਂਜੀ ਦੀਦੀ। ਅੱਛਾ, ਇਹਦੇ ਵਿੱਚ ਮੇਰੇ ਮੁੰਡੇ ਦਾ ਤਾਂ ਨਹੀਂ ਪਾਸਪੋਰਟ? ਅਨਫੋਰਚੁਨੇਟਲੀ ਹਾਂਜੀ ਦੀਦੀ, ਪਰ ਤੁਸੀਂ ਟੈਨਸ਼ਨ ਨਾ ਲਓ, ਆਪਾਂ ਸੰਤ ਐਂਥਨੀ ਅੱਗੇ ਦੁਆ ਕਰਾਂਗੇ ਤਾਂ ਜੋ ਜਲਦੀ ਤੋਂ ਜਲਦੀ ਗੁਆਚੇ ਹੋਏ ਪਾਸਪੋਰਟ ਲੱਭ ਜਾਣ। ਲੋਕਾਂ ਨੂੰ ਸਵੇਰੇ ਸਵੇਰੇ ਫੋਨ ਕਰਨਾ ਸ਼ੁਰੂ ਕਰ ਦਿੰਦੇ। ਹੈਲੋ। ਹਾਂਜੀ, ਕੌਣ? ਮੈਂ ਤੇਰੀ ਮਾਂ। ਕੀ ਯਾਰ ਮੰਮੀ, ਤੁਹਾਨੂੰ ਤਾਂ ਪਤਾ ਹੀ ਆ ਮੈਂ ਕੈਨੇਡਾ ਚਲ ਜਾਣਾ ਅਤੇ ਉੱਥੋਂ ਦੇ ਹਿਸਾਬ ਨਾਲ ਮੈਂ ਸੌਣ ਦੀ ਪ੍ਰੈਕਟਿਸ ਕਰਨ ਡਿਆ। ਪ੍ਰੈਕਟਿਸ ਤਾਂ ਕਰੀ ਨਾ ਜੇ ਤੂੰ ਬਾਹਰ ਜਾਊਂਗਾ ਤਾਂ। ਕੀ ਮਤਲਬ? ਪਾਸਪੋਰਟ ਤਾਂ ਤੇਰਾ ਚੋਰੀ ਹੋ ਗਿਆ, ਕਿੱਥੇ ਵੀ ਹੈ ਤੂੰ ਛੇਤੀ ਘਰ ਆ ਜਾ। ਸਤਿ ਸ਼੍ਰੀ ਅਕਾਲ ਜਨਾਬ ਜੀ। ਜਨਾਬ ਜੀ, ਰਿਪੋਰਟ ਲਿਖਾਉਣੀ ਸੀ ਜੀ। ਲਿਖਾਓ ਫਿਰ। ਜਨਾਬ ਜੀ, ਮੇਰਾ ਮਤਲਬ ਨਹੀਂ ਤੁਸੀਂ ਸਮਝੇ। ਸਮਝਾਓ ਫਿਰ। ਜਨਾਬ, ਮੈਂ ਬਾਹਰ ਜਾਣਾ ਸੀ ਜੀ। ਜਾਓ ਫਿਰ। ਉਹ ਜਨਾਬ ਜੀ, ਇੱਥੋਂ ਨਹੀਂ ਜੀ। ਕਿੱਥੋਂ ਜਾਣਾ, ਬਾਹਰ ਕਿੱਥੋਂ ਜਾਣਾ ਫਿਰ ਤੁਸੀਂ? ਜਨਾਬ ਜੀ, ਮੈਂ ਕੈਨੇਡਾ ਜਾਣਾ ਸੀ ਜੀ। ਜਾਓ ਫਿਰ, ਗਏ ਨਹੀਂ। ਜਾਣਾ ਤਾਂ ਸੀ ਜੀ, ਉਹ ਮੇਰਾ ਪਾਸਪੋਰਟ ਚੋਰੀ ਹੋ ਗਿਆ ਜੀ। ਅੱਛਾ, ਇੱਦਾਂ ਸਾਫ਼ ਸਾਫ਼ ਦੱਸੋ ਨਾ ਪਾਸਪੋਰਟ ਚੋਰੀ ਹੋ ਗਿਆ। ਫਿਰ ਮੈਨੂੰ ਇਨਵੈਸਟੀਗੇਸ਼ਨ ਕਰਨ ਲਈ ਇਹ ਦੱਸੋ ਤੁਸੀਂ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੀਤਾ? ਸਰ, ਮੈਂ ਨਾ ਸਵੇਰੇ ਉੱਠੀ, ਪ੍ਰੇਅਰ ਕੀਤੀ ਅਤੇ ਸਫਾਈ ਕੀਤੀ ਅਤੇ ਦੁਪਹਿਰ ਨੂੰ ਜੀ ਇਮੀਗ੍ਰੇਸ਼ਨ ਵਾਲਿਆਂ ਦਾ ਫੋਨ ਆ ਗਿਆ, ਫਿਰ ਮੈਨੂੰ ਪਾਸਪੋਰਟ ਲੈਣ ਭੇਜਤਾ। ਹਾਂਜੀ, ਤੁਸੀਂ ਕੀ ਕੀਤਾ? ਦੇਖੋ ਜੀ, ਦੱਸਣਾ ਤਾਂ ਪੈਣਾ ਹੀ ਆ। ਮੈਂ ਜੀ, ਦੋਸਤੋ, ਅੱਜ ਤੁਹਾਡੇ ਨਾਲ ਇਵਾਨ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਸ ਵੱਲੋਂ ਇੱਕ ਹੋਰ ਟੈਸਟਮਨੀ ਸ਼ੇਅਰ ਕਰਾਂਗੇ। ਸਾਰਿਆਂ ਨੂੰ ਜੈ ਮਸੀਕੀ, ਮੇਰਾ ਨਾਮ ਜਸਟਿਨ ਹੈ। ਮੈਂ ਪਿਛਲੇ 2 ਸਾਲਾਂ ਤੋਂ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਲੋਕਡਾਊਨ ਦੇ ਕਾਰਨ ਮੇਰੀ ਇੱਕ ਵਾਰ ਰਿਫਿਊਜ਼ਲ ਵੀ ਆ ਚੁੱਕੀ ਹੈ। ਬਟ ਉਸ ਤੋਂ ਬਾਅਦ ਮੈਂ ਸੈਮ ਭਾਈ ਨੂੰ ਮਿਲਿਆ ਅਤੇ ਇਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕੀਤਾ ਅਤੇ ਮੈਨੂੰ ਮੇਰਾ ਸੁਪਨਾ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ। ਥੈਂਕ ਯੂ ਸੋ ਮੱਚ ਸਰ। ਦੋਸਤੋ, ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਜਸਟਿਨ ਭਰਾ ਦੀ ਵਿਸ਼ ਨੂੰ ਪੂਰਾ ਕੀਤਾ ਗਿਆ, ਅਤੇ ਜੇਕਰ
ਤੁਸੀਂ ਵੀ ਇੰਗਲੈਂਡ ਨਿਊਜ਼ੀਲੈਂਡ ਅਤੇ ਕੈਨੇਡਾ ਜਾਣ ਦੀ ਰੱਖਦੇ ਹੋ ਵਿਸ਼ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇਵਾਨ ਐਜੂਕੇਸ਼ਨ ਸਰਵਿਸਿਸ। ਆਓ ਹੁਣ ਆਪਾਂ ਇੱਕ ਫੋਟੋ ਕਰ ਲਈਏ। ਭਾਅ ਜੀ ਹੁਣ ਤੁਸੀਂ ਇਹ ਪਾਸਵਰਡ ਆਪਣੇ ਕੋਲ ਹੀ ਰੱਖ ਲਓ, ਮੈਂ ਤੁਹਾਡੇ ਕੋਲ 2 ਦਿਨ ਬਾਅਦ ਫੜ ਲੈਣਾ। ਓਕੇ ਓਕੇ। ਹੈਲੋ, ਉਹ ਆ ਗਿਆ ਵੀਜ਼ਾ, ਆਇਆ ਫੰਕਸ਼ਨ ਕਰੀਏ ਹੁਣ। ਹਾਂ ਹਾਂ ਤੈਨੂੰ ਜਗ੍ਹਾ ਪਤਾ ਹੀ ਆ, ਜਾ ਉੱਥੇ। ਸਰ ਆਪਣਾ ਤਾਂ ਕੰਮ ਘਟੀ ਜਾਣਦੇ ਆ, ਅੱਜ ਫਿਰ ਇਵਾਨ ਐਜੂਕੇਸ਼ਨ ਸਰਵਿਸ ਵਾਲਿਆਂ ਦੇ 3 ਵਜੇ ਆ ਗਏ ਆ, ਇਸ ਹਿਸਾਬ ਨਾਲ ਤਾਂ ਆਪਣਾ ਤਾਂ ਕੰਮ ਖਤਮ ਹੀ ਹੈ। ਕੋਈ ਨਾ, ਕਰਦੇ ਆ ਪ੍ਰਬੰਧ ਇਹਨਾਂ ਦਾ। ਆਲੂ ਪੈਸੇ, ਉਹਦੀ ਰੈਪੂਟੇਸ਼ਨ ਡਾਊਨ ਹੋਣੀ ਚਾਹੀਦੀ ਆ, ਜਿੱਦਾਂ ਮਰਜ਼ੀ ਹੱਲ ਕਰੋ ਉਹਦਾ, ਠੀਕ ਹੈ? ਮਿਲਦੇ ਤੁਹਾਨੂੰ ਬਾਅਦ 'ਚ। ਤਿੰਨ ਵੀਰਾ ਜੀ, ਆਖਰੀ 3 ਵੀਰਾਂ ਦੇਖੋ ਕਿਹਨੇ ਲੈਣੀ ਆ। ਪਹਿਲਾਂ ਮੈਂ ਕਿਹਾ ਸੀ, ਪਹਿਲਾਂ ਪੈਸੇ ਮੈਂ ਦਿੱਤੇ ਸੀ, ਮੈਂ ਹੀ ਪੀਊਂਗਾ। ਉਹ ਤੂੰ ਜਾਣਦਾ ਨਹੀਂ ਮੈਨੂੰ ਓਏ। ਬਾਈ ਮਾੜਾ ਮੋਟਾ ਨਹੀਂ ਆ, ਬਾਈ ਦੀ ਕੈਨੇਡਾ ਤੱਕ ਚੜ੍ਹਾਈ ਆ। ਯਾਰ ਕੈਨੇਡਾ ਨਹੀਂ ਹੁੰਦਾ ਯਾਰ, ਕੈਨੇਡਾ ਹੁੰਦਾ ਬਰੋ। ਪੁਆਇੰਟ ਆ ਪੁਆਇੰਟ, ਐਵੇਂ ਕਿਸੇ ਸਟ੍ਰੇਂਜਰ ਸਾਹਮਣੇ ਬੁਲਸ਼ਿਟ ਨਾ ਫੀਲ ਕਰਾਇਆ ਕਰ। ਪੁਆਇੰਟ ਆ ਪੁਆਇੰਟ। ਜੋਕਰਸ, ਓਏ 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 ਓਏ, ਜੋਕਰ ਕਿਨੂੰ ਗਿਆ ਆਈ ਓਏ। ਬਾਈ ਹਜੇ ਆਪਾਂ ਵਾਰਦਾਤ ਨੂੰ ਅੰਜਾਮ ਦੇਣਾ ਵਾ, ਇਹਨਾਂ ਨਾਲ ਬਾਅਦ ਵਿੱਚ ਨਿਬੜ ਲਾਂਗੇ ਆਪਾਂ। ਉਹ ਆ ਜਾ ਹੁਣ, ਨਿਕਲ ਗਈ ਵਿੱਚੇ। ਆ ਜੀ ਜਦੋਂ ਮਰਜ਼ੀ ਪਿੰਡ ਬਰੈਂਪਟਨ। ਚੀਅਰਸ ਟੂ ਕੈਨੇਡਾ, ਸੇਵ ਵਾਟਰ, ਡਰਿੰਕ ਬੀਅਰ। ਦੇਖੋ ਜੀ, ਰਿਪੋਰਟ ਤੁਹਾਡੀ ਲਿਖ ਲਈ ਆ, ਇਸ ਸੰਬੰਧੀ ਸਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ। ਸਤਿ ਸ਼੍ਰੀ ਅਕਾਲ ਜਨਾਬ ਜੀ। ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਇਹਨਾਂ ਕੋਲ ਨਹੀਂ ਤੇਰੀ ਗੱਲ ਬਣਨੀ, ਅਤੇ ਤੂੰ ਆਪਣੇ ਸਾਰੇ ਪੁੱਠੇ ਕੰਮ ਛੱਡ ਅਤੇ ਆਪਾਂ ਚਰਚ ਚੱਲੀਏ, ਸੰਤ ਅੰਥਨੀ ਅੱਗੇ ਪ੍ਰੇਅਰ ਕਰੀਏ ਤਾਂ ਕਿ ਤੇਰਾ ਪਾਸਪੋਰਟ ਜਲਦੀ ਮਿਲੇ। ਜੈ ਸ਼੍ਰੀ ਫਾਦਰ ਜੀ। ਜਸਟਿਨ, ਮੁਬਾਰਕਾਂ ਤੈਨੂੰ, ਪਤਾ ਲੱਗਾ ਹੈ ਤੂੰ ਕੈਨੇਡਾ ਜਾ ਰਿਹਾ ਹੈ ਪੜ੍ਹਾਈ ਦੇ ਲਈ। ਕਾਹਦੀਆਂ ਵਧਾਈਆਂ ਫਾਦਰ ਜੀ, ਮਸਾਂ ਹੀ ਤਾਂ ਵਿਚਾਰੇ ਦਾ ਵੀਜ਼ਾ ਆਇਆ ਸੀ, ਇਹਦਾ ਪਾਸਪੋਰਟ ਵੀ ਹੁਣ ਚੋਰੀ ਹੋ ਗਿਆ। ਓਹੋ, ਉਹ ਜੋ ਖਬਰ ਚੱਲੀ ਸੀ ਉਹ ਚੋਰੀ ਦੀ, ਉਸਦੇ ਵਿੱਚ ਇਸਦਾ ਵੀ ਪਾਸਪੋਰਟ ਸੀ? ਹਾਂਜੀ। ਚਲੋ ਕੋਈ ਗੱਲ ਨਹੀਂ, ਸੰਤ ਐਂਥਨੀ ਦਾ ਨਵੀਨਾ ਪ੍ਰਾਰਥਨਾ ਦੇ ਵਿੱਚ ਆਪਾਂ ਇਸਦੇ ਲਈ ਵੀ ਪ੍ਰਾਰਥਨਾ ਕਰਾਂਗੇ ਜੋ ਇਸਦਾ ਪਾਸਪੋਰਟ ਹੈ ਜਲਦੀ ਮਿਲ ਜਾਵੇ, ਕਿਉਂਕਿ ਸੰਤ ਐਂਥਨੀ ਗਵਾਚੀਆਂ ਹੋਈਆਂ ਚੀਜ਼ਾਂ ਦੇ ਸਰਪ੍ਰਸਤ ਸੰਤ ਹਨ। Sweetheart, where are you? Where are you, Baba? Sweetheart? Where are you? Where are you? Sorry, Baba. I know my mistake. Sorry. ਤੁਸੀਂ ਅੱਜ ਫਿਰ ਨਹੀਂ ਮੈਨੂੰ ਸਕੂਲ ਤੋਂ ਲੈਣਾ ਹੈ? ਸੌਰੀ। ਅੱਛਾ ਸੌਰੀ, ਆਹ ਦੇਖੋ ਛੋਟੀ ਜਿਹੀ ਰਾਣੀ ਲਈ ਪਾਪਾ ਕੀ ਲੈ ਕੇ ਆਏ ਨੇ। ਡਿੰਗ 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 ਡਿੰਗ। ਇਹਨਾਂ ਨਾਲ ਕੰਮ ਨਹੀਂ ਚੱਲਣਾ। ਤੇ ਹੁਣ ਫਿਰ ਪਾਪਾ ਦੀ ਕੀ ਪਨਿਸ਼ਮੈਂਟ ਆਊਗੀ? ਤੁਸੀਂ ਮੈਨੂੰ ਅੱਜ ਸ਼ਾਮ ਨੂੰ ਪਾਰਕ ਲੈ ਕੇ ਜਾਣਾ ਤੇ ਡਬਲ ਆਈਸਕ੍ਰੀਮ। ਪਿੰਕੀ ਪ੍ਰੋਮਿਸ। ਪਿੰਕੀ ਪ੍ਰੋਮਿਸ।
जा सकते ओनली पेशेंट इज अलाउड। मिस्टर लुकस आ जाओ। आई एम सॉरी मिस्टर लुकस, वी आर ट्राइंग आर बेस्ट, पर तुहाडी बेटी दी एक्चुअल प्रॉब्लम दा सानू रीजन पता नहीं चल रहा कि उन्हां नू किस चीज़ दी वजह दे नाल दौरे पै रहे आ। सो ओदे वास्ते असीं पूरी कोशिश करदे पए आ कि सानू पता लगे, ठीक है? मैडम इसका की हल हो सकदा? उस दे लई तुहानू की करना है, तुसीं अपनी बेटी नू लगातार 2 हफ्ते हॉस्पिटल दे विच लै के आना। सो असीं रोज़ इन्हां दा चैकअप करांगे ते असीं पता करन दी कोशिश करांगे कि इन्हां दी प्रॉब्लम दे पिछे एक्चुअल रीजन की आ, ठीक है? सो तुसी थोड़ा कोऑपरेट करना, इना नू हर दिन तुसी हॉस्पिटल दे विच लै के आना। सर परेशान होने की कोई जरूरत नहीं, तुसी परमेश्वर अगे प्रार्थना करो, वो सब चीज दा हल कर सकदा। तुसी संत एंथनी अगे प्रार्थना करो, वो सब कुछ कर सकदा। हाँ जी। बच्चे नाम की है तेरा? परी। क्लास केड़ी? 5th। ਤੁਹਾਡੀ ਬੇਟੀ ਹੈ? ਹਾਂਜੀ ਹਾਂਜੀ। ਬੜੀ ਸਵੀਟ ਬੇਟੀ ਹੈ। ਇਹਨਾਂ ਦੀ ਮੰਮਾ ਨਹੀਂ ਆਉਂਦੇ? ਮੇਰੇ ਮੰਮਾ ਹਨਾ ਯੇਸੂ ਪਾਪਾ ਕੋ ਆ। ਉਹ ਮੇਰੇ ਪਾਪਾ ਨਾਲ ਪ੍ਰੋਮਿਸ ਕਰਕੇ ਗਏ ਸੀ ਜਦੋਂ ਮੈਂ ਵੱਡੀ ਹੋਊਂਗੀ ਤਾਂ ਉਹ ਮੈਨੂੰ ਮਿਲੂਗੇ। ਹਾਂਜੀ ਹਾਂਜੀ। ਪਾਪਾ ਮੈਂ ਚੱਲੀ, ਬਾਏ। ਸੋਰੀ ਮੈਨੂੰ ਪਤਾ ਨਹੀਂ ਸੀ ਕਿ ਤੁਹਾਡੀ ਵਾਈਫ ਦੀ ਡੈਥ ਹੋ ਚੁੱਕੀ ਹੈ। ਚਲੋ ਕੋਈ ਗੱਲ ਨਹੀਂ, ਮੇਰੀ ਬੱਚੇ ਦੀ ਬਿਮਾਰੀ ਦਾ ਕੁਛ ਪਤਾ ਲੱਗਾ? लगातार एग्जामिनेशन चल रही है पर हाले तक बीमारी दा कोई पता नहीं चल रहा। ऐदा किद्दा हो सकदा? साइंस ने इतनी तरक्की कर ली, मेरी बेटी दा इलाज क्यों नहीं हो रहा? डोंट वरी, कई बार कई प्रॉब्लम साडे ते परमेश्वर वल्लों जो कि साडियां ही गलतियां दा नतीजा बनदियां हन जां साडे वड्डियां वल्लों शराब दे कारण आउंदियां हन। हुण फिर मैं की करां? सब तो पहला तुहानू सच्चे दिल नाल इतराफ करना चाहिदा है ते अपने पापा का पछतावा करना। तो हुण नाले संत एंथनी दियां नवेना प्रार्थनावां चल रही हैं, उस दे विच भाग लो ते इन्हां प्रार्थनावां विच बड़ी शक्ति हुंदी है। जो भी चीज़ां गवाचियां हुंदियां हन बड़ी आसानी नाल मिल जांदियां हन, जिद्दां कि संत एंथनी नूं गवाचियां होईयां चीज़ां दा सरप्रस्त संत कहा जांदा है। बेटे, इंसान गलतियां दा पुतला है पर चंगा होवेगा जे अपनियां गलतियां तो तौबा करके तुसी एक चंगी जिंदगी गुजारो। तुसी कुफारे वजो 9 दिन दा नवीना करना अते जो समान किसी का भी चुराया वो उन्होंने वापस करना है। खुदा तेनू बरकत देवे।
पिता परमेश्वर मैनू माफ कर, मेरिया गलतियां दी सजा मेरी बेटी नू भुगतनी पै रही है। मैं वादा करदा हाँ अगे तो कदे भी गलत काम नहीं करूंगा। मैनू माफ कर मैनू पिता परमेश्वर। है प्यारे संत एंथनी मेरी मदद करो, मेरी बच्ची दी शरीर विच जो भी परेशानी है उसनू दूर कर दो, उसनू दूर कर। ਹਾਂਜੀ ਸਰ, ਸਾਨੂੰ ਕੋਈ ਖਬਰ ਮਿਲੀ ਸੀ, ਅਸੀਂ ਉਹਦੇ ਬਾਰੇ ਗੱਲਬਾਤ ਕਰਨ ਆਏ ਤੁਹਾਡੇ ਨਾਲ। ਯੈਸ ਕਮ ਇਨ। ਸਰ ਤੁਹਾਨੂੰ ਪਤਾ ਪਿਛਲੇ ਹਫ਼ਤੇ ਆਪਣੇ ਸ਼ਹਿਰ ਬਹੁਤ ਵੱਡੀ ਚੋਰੀ ਹੋਈ ਹੈ, ਉਹਦੇ ਰਿਲੇਟਿਡ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਹੈ। ਹਾਂਜੀ ਦੱਸੋ, ਮੈਂ ਉਹਦੇ ਬਾਰੇ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ? ਸਾਨੂੰ ਖਬਰ ਮਿਲੀ ਹੈ ਜਿਹੜਾ ਬੰਦਾ ਚੋਰੀ ਕਰਕੇ ਗਿਆ ਉਹ ਤੁਹਾਡੇ ਕੋਲ ਕਨਫੈਸ ਕਰਕੇ ਗਿਆ। ਦੇਖੋ ਸਰ, ਉਹ ਜੋ ਕਨਫੈਸ ਕਰਦੇ ਹਨ ਉਹ ਸਿਰਫ ਪਰਮੇਸ਼ਵਰ ਨੂੰ ਪਤਾ ਹੁੰਦਾ ਹੈ, ਅਸੀਂ ਭੁੱਲ ਜਾਂਦੇ ਹਾਂ ਉਸਨੂੰ। ਸੋ ਇਹਦੇ ਬਾਰੇ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਕਿਉਂਕਿ ਸਾਡੇ ਧਰਮ ਦਾ ਕਾਨੂੰਨ ਹੈ ਕਿ ਅਸੀਂ ਕਨਫੈਸ ਕੀਤਾ ਹੋਇਆ ਕਿਸੇ ਨੂੰ ਵੀ ਨਹੀਂ ਦੱਸ ਸਕਦੇ। ਤੁਹਾਡੇ ਧਰਮ ਦਾ ਕਾਨੂੰਨ ਦੇਸ਼ ਦੇ ਕਾਨੂੰਨ ਨਾਲੋਂ ਵੱਡਾ ਹੋ ਗਿਆ? ਦੇਖੋ ਮੈਂ ਆਪਣੀ ਜਾਨ ਦੇ ਸਕਦਾ ਹਾਂ, ਪਰ ਮੈਂ ਆਪਣੇ ਧਰਮ ਦੇ ਕਾਨੂੰਨ ਦੇ ਖਿਲਾਫ਼ ਜਾ ਕੇ ਕਿਸੇ ਦਾ ਕੀਤਾ ਕਨਫੈਸ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਹਾਂ। ਠੀਕ ਆ, ਇਹ ਗੱਲ ਹੈ ਤਾਂ ਕੱਲ੍ਹ ਸ਼ਾਮ ਦਾ ਸਮਾਂ ਤੁਹਾਨੂੰ ਮੈਂ ਦਿੰਦਾ ਹਾਂ, ਨਹੀਂ ਤਾਂ ਉਸਦੀ ਥਾਂ ਤੁਸੀਂ ਜੇਲ੍ਹ ਵਿੱਚ ਜਾਓਗੇ। ਹੈ ਪ੍ਰਭੂ, ਮੈਂ ਕਦੇ ਵੀ ਤੇਰੇ ਹੁਕਮਾਂ ਦੇ ਖਿਲਾਫ਼ ਨਹੀਂ ਜਾ ਸਕਦਾ। ਤੇਰੇ ਦਿੱਤੇ ਹੁਕਮ ਅਨੁਸਾਰ ਕਿਸੇ ਦੇ ਇਤਰਾਫ਼ ਵਿੱਚ ਦੱਸੇ ਗੁਨਾਹਾਂ ਨੂੰ ਮੈਂ ਕਿਸੇ ਨੂੰ ਵੀ ਨਹੀਂ ਦੱਸ ਸਕਦਾ। ਹੈ ਪ੍ਰਭੂ, ਤੂੰ ਪਾਪੀਆਂ ਦਾ ਮਨ ਬਦਲਣ ਵਾਲਾ ਪ੍ਰਭੂ ਹੈ। ਮੈਂ ਤੇਰੇ ਅੱਗੇ ਅਰਜ਼ ਕਰਦਾ ਹਾਂ ਕਿ ਜਿਸ ਵੀ ਚੋਰ ਨੇ ਇਹ ਚੋਰੀ ਕੀਤੀ ਹੈ ਉਹ ਖੁਦ ਪੁਲਿਸ ਦੇ ਅੱਗੇ ਆਪਣਾ ਗੁਨਾਹ ਕਬੂਲ ਕਰ ਲਵੇ। ਧੰਨਵਾਦ ਸੰਤ ਅੰਤਨੀ ਸਾਡੀ ਦੁਆ ਸੁਣਨ ਲਈ। ਸੋਰੀ ਦੋਸਤੋ, ਮੈਨੂੰ ਮਾਫ਼ ਕਰ ਦਿਓ, ਹੁਣ ਮੈਂ ਤੁਹਾਡੇ ਨਾਲ ਮਿਲ ਕੇ ਕੋਈ ਵੀ ਗਲਤ ਕੰਮ ਵਿੱਚ ਤੁਹਾਡਾ ਸਾਥ ਨਹੀਂ ਦੇ ਸਕਦਾ। ਕਿਉਂ, ਵਜ੍ਹਾ ਤੇ ਦੱਸ। ਵਜ੍ਹਾ ਇਹ ਹੈ ਕਿ ਮੇਰੇ ਗਲਤ ਕੰਮਾਂ ਦੇ ਕਾਰਨ ਮੇਰੀ ਬੇਟੀ ਨੂੰ ਉਸਦੀ ਸਜ਼ਾ ਭੁਗਤਣੀ ਪੈ ਰਹੀ ਹੈ। ਇਸ ਲਈ ਮੈਂ ਹੁਣ ਇਹ ਪ੍ਰਣ ਕੀਤਾ ਹੈ ਕਿ ਮੈਂ ਹੁਣ ਕੋਈ ਵੀ ਗਲਤ ਕੰਮ ਨਹੀਂ ਕਰੂੰਗਾ। ਆਲੋ ਤੁਹਾਡਾ ਸਮਾਨ, ਹੁਣ ਮੈਂ ਕਦੇ ਵੀ ਇਸ ਰਸਤੇ ਵਿੱਚ ਨਹੀਂ ਆਵਾਂਗਾ। ਪਾਸਪੋਰਟ ਕਿੱਥੇ ਆ? ਜਿਨ੍ਹਾਂ ਜਿਨ੍ਹਾਂ ਦੇ ਵੀ ਪਾਸਪੋਰਟ ਮੇਰੇ ਕੋਲ ਸੀ ਮੈਂ ਉਹਨਾਂ ਸਾਰਿਆਂ ਦੇ ਘਰੇ ਭਿਜਵਾ ਦਿੱਤੇ ਹਨ। ਗੁੱਡ ਈਵਨਿੰਗ ਫਾਦਰ ਜੀ। ਗੁੱਡ ਈਵਨਿੰਗ ਇੰਸਪੈਕਟਰ ਸਾਹਿਬ, ਹੋਰ ਕੀ ਹਾਲ ਚਾਲ ਆ? ਫਾਦਰ ਜੀ, ਉਸ ਦਿਨ ਦੇ ਬਿਹੇਵੀਅਰ ਲਈ ਵੀ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ ਹਾਂ।
गलती कबूल करने वाले नु भी माफ करना साडा कानून है। थैंक यू फादर जी, मेरे 15 साल के करियर दे विच इदां कदी नहीं होया कि चोर एडी वड्डी चोरी करन तो बाद अपने आप नू पुलिस दे सामने सरेंडर कर देवे। इट्स अनबिलीवेबल। ओके, तुहानू पता है कि इत्थे हर शाम मैं मच्छियां नू चोगा पाउण लई क्यों आउंदा हां? नहीं। क्योंकि संत एंथनी दे वचना दे विच बहुत ज्यादा ताकत सी। ओ एक दिन तालाब दे किनारे वचन सुना रहे सी और मच्छियां उन्हां दा वचन आके सुन रहियां सी। दूसरी गल, संत एंथनी गवाचियां हुई चीज़ां दी भाल करन दे विच सरप्रस्त संत हन। जो तुसी 15 साल दे कैरियर दे विच पहली बार वेख्या है ना, ये सिर्फ संत एंथनी दे अगे प्रार्थना करन दी बदौलत होया है। सचमुच संत एंथनी जिन्ना महान संत कोई भी नहीं। फादर जी, होर दसो मैनू संत एंथनी बारे। चलो आओ फिर, मैं तुहानू संत एंथनी दे चमत्कारा बारे होर दसदा हाँ।